ਪਿੰਡੋਂ ਸਮੈਲ ਇੱਥੋਂ ਆਵਾਜ਼ਾਂ ਮਾਰਦਿਆਂ ਮਾਰਦਿਆਂ ਸਵੇਰੇ 6 ਵਜੇ ਗਿਆ ਵਾ ਅਤੇ ਪਿੰਡ ਨੂੰ ਚਲ ਗਿਆ ਵਾ ਅਤੇ ਪਿੰਡੋਂ ਵਿਕਰ ਆ ਸਾਡੇ ਪਿੰਡ ਦਾ ਮਜਮੀਆਂ ਸਿੰਘਾਂ ਦਾ ਮੁੰਡਾ, ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ। ਅਤੇ ਆਉਂਦੇ ਆਉਂਦਿਆਂ ਉੱਥੋਂ ਰੁਪਈਆ 500 ਇੱਥੋਂ ਫੋਨ ਚਾਰਜਰ ਲੱਗਾ ਸੀ ਮੇਰਾ ਫੋਨ ਦੇ ਮਗਰ ਹੀ ਪੈਸੇ ਫੋਨ ਦੇ ਮਗਰੋਂ ਪੈਸੇ ਲੈ ਗਿਆ, ਕੱਢ ਕੇ ਆਵਾਜ਼ਾਂ ਮਾਰਦਿਆਂ ਮਾਰਦਿਆਂ ਨਿਕਲ ਗਿਆ ਪਿੰਡੋਂ ਵਿਕਰ ਤੋਂ ਲੈ ਕੇ ਮਾਲ ਅਤੇ ਪੰਚਾਇਤ ਵਾਲੀ ਮੋਟਰ 'ਤੇ ਜਾ ਕੇ ਇਹਨੇ ਟੀਕਾ ਲਾ ਲਿਆ। ਜਦੋਂ ਛੋਟਾ ਭਰਾ ਮੇਰਾ ਗਿਆ ਵਾ ਗੇੜਾ ਮਾਰਨ ਉੱਥੇ ਅਤੇ ਜਾਂਦਿਆਂ ਨੂੰ ਉੱਥੇ ਡਿੱਗਾ ਪਿਆ। ਨਸ਼ਾ ਕਰਦੇ ਹੀ ਸਰਜੀਤ ਸਿੰਘ ਬੇਟੀ ਇੱਕੀ ਪਿੰਡ ਚ ਵਾਧੂ ਵਿਕਦਾ। ਹਾਂਜੀ ਨਸ਼ਾ ਬੰਦ ਕੀਤਾ ਜਾਵੇ ਵੀ ਸਾਡਾ ਬਤੀ ਨਹੀਂ ਰਿਹਾ। ਇਹ ਜਿਹੜੀ ਅੱਜ ਦੁਰਘਟਨਾ ਹੋਈ ਆ ਵੇਖੋ, ਇਹ ਪੰਜਾਬ ਦੇ ਵਿੱਚ ਇੱਕ ਅੱਗ ਬਲ ਰਹੀ ਆ ਜਿਹੜੀ ਨਸ਼ਿਆਂ ਦੀ ਬਹੁਤ ਜ਼ਿਆਦਾ ਭਰਮਾਰ ਆ। ਅਤੇ ਸਾਡਾ ਪਿੰਡ ਜਿਹੜਾ ਜੋੜਸੋਂ ਵਾਲਾ, ਇਹਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਮਜਬੀ ਸਿੰਘ ਵਿਕਰ ਸਿੰਘ ਪੁੱਤਰ ਵੀਰ ਸਿੰਘ ਅਤੇ ਉਹਦਾ ਪੁੱਤਰ ਮਣੀ ਸ਼ਰੇਆਮ, ਵੇਖੋ ਜੀ ਸਾਰੇ ਨਗਰ ਨੂੰ ਵੀ ਪਤਾ ਵਾ, ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਵੀ ਵਿਕਦਾ ਏ। ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਢਾਣੀਆਂ 'ਚ, ਪਰ ਗੱਲ ਕਰਕੇ ਕੋਈ ਕੁਛ ਨਹੀਂ ਗਾ। ਇਹ ਜਿਹੜੀ ਅੱਜ ਮੌਤ ਹੋਈ ਆ ਇਸ ਵੀਰ ਦੀ, ਇਹਦਾ ਛੋਟੇ ਹੁੰਦੇ ਦਾ ਮਾਂ ਪਿਓ ਮਰਿਆ ਏ, ਚਾਚਿਆਂ ਤਾਵਾਂ ਤਾਇਆਂ ਨੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ ਛੋਟੀਆਂ ਬੁਰਕੀਆਂ ਦੇ ਕੇ ਪਾਲਿਆ। ਉਸ ਤੋਂ ਬਾਅਦ ਆ ਸ਼ਾਦੀ ਹੋਈ, ਅੱਜ ਆ ਜਿਹੜੀ 20-25 ਸਾਲ ਦੀ ਲੜਕੀ ਆ, ਇਹ ਕਿਹਨੂੰ ਕਿਹਦੇ ਗੱਲ ਲੱਗੂਗੀ, ਇਹਨੂੰ ਕੌਣ ਰੱਖੂਗਾ, ਕੀ ਬੱਚੇ ਛੋਟੇ ਛੋਟੇ, ਇਹ ਇੱਕੋ ਗੋਡੀ ਆ। ਪਰ ਇਹ ਜਿਹੜੀ ਹੈਗੀ ਆ ਲਾਣਤ ਦਿਨੋਂ ਦਿਨ ਘਟਣ ਦੀ ਥਾਂ ਵੱਧਦੀ ਜਾਂਦੀ ਆ ਵੱਧਦੀ ਜਾਂਦੀ। ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ, ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਸ਼ਰੇਆਮ ਵਿਕ ਰਿਹਾ ਵਾ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਭਰਾ ਖਲੋਤੇ ਆ ਸਾਰੇ, ਮਜਬੀ ਸਿੱਖ ਵੇਚ ਰਿਹਾ ਵਾ। ਪੰਜਾਬ ਸਰਕਾਰ ਕਹਿ ਰਹੀ ਆ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ। ਦੇਖੋ ਜੀ ਠੀਕ ਆ ਕਹਿ ਰਹੀ ਆ, ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ, ਬਹੁਤ ਜ਼ਿਆਦਾ ਗੱਲ ਤੇ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣਗੀਆਂ ਉਤਲੇ ਵੱਡੇ ਸਮਗਲਰਾਂ ਨੂੰ ਫੜ ਕੇ ਗੱਲ ਨਹੀਂ ਬਣਨੀ। ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣ, ਪਿੰਡਾਂ ਦੇ ਲੋਕ ਸੰਯੋਗ ਦੇਣ, ਇਹ ਵੇਖੋ ਪਿੰਡ ਦਾ ਮਸਲਾ ਏ। ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ, ਉੱਥੇ ਗੱਲ ਸਾਰੇ ਹੀ ਸੇਵਾਦਾਰ ਕਰੀ ਜਾਂਦੇ ਆ ਕਿ ਆਪਣਾ ਨੁਕਸਾਨ ਭਾਈ ਹੋ ਜਾਣਾ ਹੋ ਜਾਣਾ, ਅਤੇ ਅੰਤ ਨੂੰ ਨੁਕਸਾਨ ਰਾਤੀ ਜਾਂ ਸਵੇਰੇ ਹੋ ਗਿਆ ਵਾ, ਅਤੇ ਹਜੇ ਹੋ ਸਕਦਾ ਵਾ ਵੀ ਕੱਲ੍ਹ ਨੂੰ ਵੀ। ਇੰਨੀ ਜ਼ਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ। ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ, ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬ ਆ, ਪ੍ਰਸ਼ਾਸਨ ਥਾਣਾ SHO ਸਾਹਿਬ ਪੱਟੀ ਮੋੜਾ, ਕਿ ਤੁਰੰਤ ਨਕੇਲ ਪਾਈ ਜਾਵੇ। ਪਹਿਲਾਂ ਵੀ ਪਰਮਿਸ਼ਨ ਦਿੱਤੀ ਆ, ਹੁਣ ਅਸੀਂ ਖੁਦ ਇਸ, ਜੇ ਸਾ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤਾਂ ਮਜਬੂਰਨ ਪਿੰਡ ਨੂੰ ਕੋਈ ਕਦਮ ਚੁੱਕਣਾ ਪਿਆ, ਤਾਂ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ। ਇਹ ਪਿੰਡ ਦੇ ਵਿੱਚ ਜਿਹੜਾ ਸ਼ਰੇਆਮ ਨਸ਼ਾ ਵੇਚਦਾ ਏ, ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਅਰੈਸਟ ਕੀਤੇ ਜਾਣ, ਇਹਦੇ ਕਾਤਲ ਘੋਸ਼ਿਤ ਕੀਤੇ ਜਾਣ, ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਟੀਕਾ ਕਰਕੇ ਮਰਿਆ ਵਾ, ਸਾਰਿਆਂ ਨੂੰ ਪਤਾ ਵਾ। ਇਸ ਤੋਂ ਪਹਿਲਾਂ 2-3 ਮੌਤਾਂ ਹੋਈਆਂ, ਉਹ ਵੀ ਟੀਕਿਆਂ ਨਾਲ ਹੋਈਆਂ। ਭਾਈ ਤਰਸੇਮ ਸਿੰਘ ਮਰਿਆ ਸੀਗਾ ਮਜਬੀ ਸਿੱਖ, ਸਤਨਾਮ ਸਿੰਘ ਮਰਿਆ ਸੀਗਾ, ਇੱਕ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ, ਭਾਵ ਕਿ ਅੱਗ ਬਲ ਰਹੀ ਹੈ ਜੀ। ਜਿਹੜਾ ਨਸ਼ਾ ਵੇਚਦੇ ਉਹਨਾਂ ਦਾ ਨਾਂ ਜੀ ਵਿਕਰ ਸਿੰਘ ਪੁੱਤਰ ਵੀਰਮ ਸਿੰਘ ਵੀਰ ਸਿੰਘ, ਮਜਬੀ ਸਿੱਖ ਆ, ਅਤੇ ਗਾਂ ਉਹਨਾਂ ਦਾ ਛੋਟਾ ਮੁੰਡਾ ਇਹ ਮਣੀ। ਵੇਖੋ ਅਸੀਂ 50-50 ਕਿੱਲਿਆਂ ਵਾਲੇ ਆ ਜੀ, ਉਹਨਾਂ ਦੇ ਖੁਰਲੀ ਨਹੀਂ ਬਣਦੇ ਅਤੇ ਮਹਿਲ ਪਾਈ ਜਾਂਦੇ ਆ। ਸਾਰੇ ਪਿੰਡ ਨੂੰ ਦੀਦਾ ਵਾ, ਬੋਲਦਾ ਕੋਈ ਨਹੀਂ ਜੀ। ਅੱਜ ਅੰਤ ਨੂੰ ਇਹ ਵੀਰ ਗਿਆ ਵਾ ਅਤੇ ਸਾਰੇ ਬੋਲੇ ਆ, ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਪਰਸੋਂ ਨੂੰ 2 ਰਾਤ ਲਿਟਣ ਦੇ ਸੀ ਉਹਦੀ ਪਵੇ ਗਾੜੀ, ਪਰਸੋਂ ਗੱਡੀ ਫੜੀ। ਪਰ ਆਸਰਾ ਕੋਈ ਨਹੀਂ ਕਰਦਾ, ਹੁਣ ਭਰਾਵਾਂ ਨੂੰ ਬੇਨਤੀ ਆ ਨਗਰ ਨੂੰ ਕਿ ਇਹ ਜਿਹੜਾ ਭਾਂਬੜ ਮੱਚ ਗਿਆ, ਜਿਹੜਾ ਇਹ ਚਿਰਾਗ ਬੁੱਝ ਗਿਆ, ਆਉਣ ਵਾਲੇ ਸਮੇਂ 'ਚ ਏਕਾ ਕਰੀਏ, ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਰੇ ਵੀਰ
ਸੋਹਣ ਸੋਹਣੇ ਖਲੋਤੇ ਆ, ਕਸ਼ਮੀਰ ਸੋਹਣੇ ਖਲੋਤੇ ਆ, ਦੇਸਾ ਸੋਹਣੇ ਖਲੋਤੇ ਆ, ਨਰਵੈਲ ਸੋਹਣੇ ਖਲੋਤੇ ਆ, ਸਾਰੇ ਪਿੰਡ ਦੇ ਪਤਵੰਤੇ ਆ, ਅਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਗਾੜੀ ਵੀ ਇਹ ਨਸ਼ੇ ਨੂੰ ਠੱਲ ਪਾਈ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛਿੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ, ਕਿਉਂਕਿ ਹੋਰ ਕੋਈ ਕਿਸੇ ਮਾਂ ਦਾ ਚਿਰਾਗ, ਕਿਸੇ ਪਤਨੀ ਦਾ ਸੁਹਾਗ, ਕਿਸੇ ਭੈਣ ਦਾ ਭਰਾ ਨਾ ਜਾਵੇ। ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਉੱਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ। ਇਹੀ ਬੇਨਤੀ ਆ ਪ੍ਰਸ਼ਾਸਨ ਨੂੰ, ਇਹੀ ਸਰਕਾਰ ਨੂੰ ਬੇਨਤੀ ਆ। ਪਰ ਜਿਹੜੀਆਂ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ, ਨਸ਼ੇ ਪਿੰਡ ਗਰਾਊਂਡ ਲੈਵਲ 'ਤੇ, ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰੇਆਮ ਵਿਕ ਰਿਹਾ ਵਾ, ਇਹਨੂੰ ਬੰਦ ਕਰਵਾਈਏ ਅਤੇ ਮੌਕੇ 'ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ, ਇਹੀ ਮੰਗ ਆ। ਨਹੀਂ ਤਾਂ ਆ ਕੇ ਕੋਈ ਦੁਬਲੀ ਵਾਲੀ ਸੜਕ ਵੇਖ ਲਏ, ਕੋਈ ਸਭਰਾਵਾਂ ਵਾਲੀ ਵੇਖ ਲਏ, ਕੋਈ ਪਿੰਡ, ਪਰ ਉਹਦੇ 'ਚ ਤਾਂ ਅਸੀਂ ਵੀ ਦੋਸ਼ੀ ਬਣਦੇ ਹਾਂ, ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜ਼ਬਾਨ ਕਿਉਂ ਨਹੀਂ ਖੋਲ੍ਹਦੇ। ਅੱਜ ਇਹ ਵੀਰ ਮਰਿਆ ਤਾਂ ਸਾਡੀ ਸਾਰਿਆਂ ਦੀ ਜ਼ਬਾਨ ਮੇਰੇ ਸਮੇਤ, ਮੈਂ ਵੀ ਖੋਲ੍ਹੀ ਆ, ਪਰ ਇਹ ਗੁੰਮਸੁੰਮ ਵੀ ਦੂਜਾ ਦੂਜੇ ਨੂੰ ਨਾ ਆਖੇ, ਦੂਜਾ ਦੂਜੇ ਨੂੰ ਨਾ ਆਖੇ ਅਸੀਂ ਮਾੜੇ ਬਣਾਂਗੇ। ਪਰ ਇਹਨੂੰ ਆਪਾਂ, ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀਰ ਨੂੰ ਅਨੁਸ਼ਾਸਨ ਦਵਾਇਆ ਜਾਵੇ, ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦੁਰਘਟਨਾ ਨਾ ਹੋਵੇ, ਇਹਦੇ 'ਤੇ ਬਣਦੀ ਕਾਰਵਾਈ। ਗੁਰਦੇਵ ਸਿੰਘ, ਕਿਹੜਾ ਪਿੰਡ ਆ? ਜੋੜ ਸਿੰਘ ਵਾਲਾ। ਕੀ ਗੱਲ ਹੋਈ ਆ ਮੁੰਡੇ ਨੂੰ? ਮੁੰਡਾ ਵੀਰ ਟੀਕਾ ਲਾ ਕੇ ਮਰਿਆ ਸਮੈਕ ਦਾ। ਕੀ ਨਾਂ ਦਾ? ਸਰਜੀਤ ਸਿੰਘ। ਕਿੰਨੀ ਉਮਰ ਹੈ ਜੀ? ਉਮਰ ਵੀਰ 24-25 ਸਾਲ ਦੀ ਉਮਰ ਆ ਸਾਰੀ। ਤੇ ਵਿਆਹ ਕਿ ਕਰਾ? ਵਿਆਹ ਵੀਰ ਛੋਟੀ ਜੀ ਕੁੜੀ 6 ਸਾਲਾਂ ਦੀ ਇੱਕ। ਪਿੰਡੋਂ ਸਮੈਕ, ਇੱਥੋਂ ਆਵਾਜ਼ਾਂ ਮਾਰਦਿਆਂ ਸਵੇਰੇ 6 ਵਜੇ ਗਿਆ ਵਾ ਅਤੇ ਪਿੰਡ ਨੂੰ ਚਲ ਗਿਆ ਵਾ, ਅਤੇ ਪਿੰਡੋਂ ਵਿਕਰ ਆ ਸਾਡੇ ਪਿੰਡ ਦਾ, ਮਜਮੀਆਂ ਸਿੰਘਾਂ ਦਾ ਮੁੰਡਾ। ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ। ਅਤੇ ਆਉਂਦੇ ਆਉਂਦੇ ਉੱਥੋਂ ਰੁਪਈਆ 500 ਇੱਥੋਂ ਫੋਨ ਚਾਰਜਰ ਲੱਗਾ ਸੀ ਮੇਰਾ, ਫੋਨ ਦੇ ਮਗਰ ਹੀ ਪੈਸੇ, ਫੋਨ ਦੇ ਮਗਰ ਉਹ ਪੈਸੇ ਲੈ ਗਿਆ, ਕੱਢ ਕੇ ਆਵਾਜ਼ਾਂ ਮਾਰਦਿਆਂ ਮਾਰਦਿਆਂ ਨਿਕਲ ਗਿਆ ਪਿੰਡੋਂ ਵਿਕਰ ਤੋਂ ਲੈ ਕੇ ਮਾਲ 'ਤੇ ਪੰਚਾਇਤ ਵਾਲੀ ਮੋਟਰ 'ਤੇ ਜਾ ਕੇ ਨੇ ਟੀਕਾ ਲਾ ਲਿਆ। ਜਦੋਂ ਛੋਟਾ ਭਰਾ ਮੇਰਾ ਗਿਆ ਵਾ ਗੇੜਾ ਮਾਰਨ ਉੱਥੇ, ਅਤੇ ਜਾਂਦਿਆਂ ਨੂੰ ਉੱਥੇ ਡਿੱਗਾ ਪਿਆ, ਸੂਈ ਵੀ ਕੋਲ, ਸਮੈਕ ਵੀ ਉਤਰਾ ਪੁੜੀ 'ਚ ਵੱਜੀ ਆ ਲਾ ਕੇ, ਅਤੇ ਵੱਧਦੀ ਉਤਰੇ ਬੋਝੇ ਦੇ ਵਿੱਚ ਹੀ ਆ। ਜੇ ਵੇਖਿਆ ਜਾਵੇ ਤਾਂ ਕਿੰਨਾ ਕੁ ਨਸ਼ਾ ਜਿਹੜਾ ਇੱਥੇ? ਬਹੁਤ ਜ਼ਿਆਦਾ ਨਸ਼ਾ ਵੀਰਿਆ, ਨਸ਼ੇ ਦੀ ਤਾਂ ਹੱਦ ਹੀ ਕੋਈ ਨਹੀਂ। ਕੋਈ ਦਰਖਾਸਤ ਨਹੀਂ ਦਿੱਤੀ ਇਹਦੇ ਬਾਰੇ? ਦਰਖਾਸਤ ਵੀ ਆ ਸਰਦਾਰ ਸੋਰ ਸੋਹਣਾ ਮੈਂ ਬੇਨਤੀ ਕੀਤੀ ਆ, ਗਏ ਮੇਰੇ ਵੀਰ ਉੱਥੇ ਜਾ ਕੇ ਪੀ ਏ ਸਾਹਿਬ ਨੂੰ ਵੀ ਆਖਿਆ ਵਾ, ਪੀ ਏ ਸਾਹਿਬ ਆਉਂਦਾ ਵੀ ਅਸੀਂ ਕਿਹਾ ਵਾ, ਪੱਟੀ ਵਾਲੇ ਐੱਸ ਐੱਚ ਓ ਨੂੰ ਫੋਨ ਬਕਾਇਦਾ ਸੋਹਣ ਸੋਹਣਾ ਵੀ ਕੀਤਾ, ਹੋਰ ਵੀ ਮੇਰੇ ਵੀਰਾਂ ਨੇ ਕੀਤਾ, ਪਰ ਕੋਈ ਸੁਣਵਾਈ ਨਹੀਂ ਹੋਈ, ਕਿਸੇ ਨੇ ਪੁੱਛਿਆ ਨਹੀਂ ਆਣ ਕੇ। ਇਹਦੇ ਤਾਂ ਹੀ ਉਹ ਸ਼ਰੇਆਮ 10 ਮਿੰਟ ਖੜੋ ਕੇ ਵੇਖ ਲਓ ਉੱਥੇ ਪਿੰਡ ਗਲੀ ਦੇ ਉਰੇ ਬੂਹੀ ਅੱਗੇ, 10 ਮਿੰਟਾਂ 'ਚ ਪਤਾ ਨਹੀਂ 20 ਮੋਟਰਸਾਈਕਲ ਆ ਜਾਂਦੇ ਆ, ਸ਼ਰੇਆਮ ਉਹ ਨੇ ਧੜ ਘੁਰ ਕੇ ਵੇਚਦਾ, ਉਹ ਕੋਈ ਨਹੀਂ ਉਹਨੂੰ ਡੱਕਦਾ, ਨਹੀਂ ਉਹ ਸਾਰਾ ਪਰਿਵਾਰ ਹੀ ਪਰਲੇ ਉਹਦੇ ਭਰਾ ਨਹੀਂ ਇਹ ਕੰਮ ਕਰਦੇ, ਇਕੱਲਾ ਜਿੰਨੇ 3-4 ਜੀਏ ਸਾਰੇ ਆਪਦਾ ਇਹ ਕੰਮ ਕਰਦੇ, ਵਿਕਰ ਦਾ ਪਰਿਵਾਰ ਸ਼ਰੇਆਮ। ਅਸੀਂ ਮੰਗ ਵੀਰ ਇਹੋ ਕਰਦੇ ਹਾਂ ਵੀ ਇਹ ਸਾਡਾ ਬੇਲੀ ਦੇ ਚੱਲ ਵਸਿਆ, ਪਰ ਹੋਰ ਨਾ ਕਿਸੇ ਮਾਂ ਦਾ ਪੁੱਤ ਚੱਲ ਵਸੇ, ਇਹਨੂੰ ਨੱਥ ਪਾਉਣੀ ਚਾਹੀਦੀ ਆ ਸ਼ਰੇਆਮ। ਜਿਹੜਾ ਕੁੜੀਆਂ 'ਚ ਵੇਖਣ ਡਿਆ ਵੀਰੇ ਜੋੜਸ ਵਾਲੇ ਦਾ, ਇਹ ਬਹੁਤ ਜ਼ਿਆਦਾ ਕੰਮ ਖਰਾਬ ਆ, ਇਹਨੂੰ ਨੱਥ ਪਾਉਣੀ ਚਾਹੀਦੀ ਆ ਜਦੋਂ ਮਰਜ਼ੀ ਆਪਾਂ। ਕਿਹੜਾ ਪਿੰਡ ਆ? ਜੋੜ ਸਿੰਘ ਵਾਲਾ। ਕੀ ਗੱਲ ਹੋਈ ਆ? ਸਾਡੇ ਚਾਚੇ ਦਾ ਪੋਤਾ ਸਰਜੀਤ ਸਿੰਘ। ਕੀ ਗੱਲ ਬਣੀ? ਜਿਹਨੇ ਸਵੇਰੇ ਟੀਕਾ ਲਾ ਲਿਆ, ਟੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ, ਨਸ਼ਾ ਸਾਡੇ ਇੰਨਾ ਜ਼ਿਆਦਾ ਵਿਕਦਾ ਵਾ, ਸਾਡੇ ਪਿੰਡ 'ਚ ਪਹਿਲਾਂ ਨਹੀਂ ਖਾਸ ਕਰਕੇ ਆ, ਆਮ ਆਦਮੀ ਦੇ ਮੋਹਤਬਾਰ ਵੀ ਇੱਥੇ ਕੋਲ ਖੜੋਤੇ ਆ, ਇਹਨਾਂ ਨੂੰ ਵੀ ਪਤਾ ਵਾ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਪਹਿਲਾਂ ਸਾਡੇ ਪਿੰਡ ਨਹੀਂ ਵਿਕਦਾ, ਉਦੋਂ ਦਾ ਵਿਕਦਾ ਸੀ। ਪਰ ਇਹ ਸਾਰੇ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਤੇ ਲੀਡਰ ਸਾਹਿਬਾਨਾਂ ਨੂੰ ਵੀ ਕਹਿੰਦੇ ਆ, ਪਰ ਕੋਈ ਸਾਡੀ ਸੁਣਵਾਈ ਨਹੀਂ ਇੱਥੇ ਹੋ ਰਹੀ। ਪਿੰਡ ਦੇ ਵਿੱਚ ਸਾਡੇ ਸਾਰੇ ਹੋਰਨਾਂ ਪਿੰਡਾਂ ਤੋਂ ਆਣ ਕੇ ਮੁੰਡੇ ਜਿਹੜੇ ਰਾਤ ਦਿਨ ਉੱਧਰ ਧੁੰਮੀ ਚੁੱਕ ਛੱਡਦੇ ਆ, ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕਿੰਨੇ ਕਾਉਂਦੇ ਆ, ਅਤੇ ਚੋਰੀਆਂ ਵੀ ਹੁੰਦੀਆਂ ਵਾ, ਪਰ ਕੋਈ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ। ਮੰਗ ਤਾਂ ਇਹੋ ਕਰਦੇ ਹਾਂ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ 'ਚੋਂ ਆਪਾਂ ਤਾਂ ਇਹਨੇ ਖਤਮ ਕੀਤਾ ਜਾਵੇ। ਹੁਣ ਇਹ ਇੱਕ
ਘਰ ਦੀ ਕਹਾਣੀ ਨਹੀਂ ਗੀ, ਇਹ ਘਰ ਘਰ ਦੀ ਕਹਾਣੀ ਆ, ਪਿੰਡ ਪਿੰਡ ਦੀ ਕਹਾਣੀ ਆ, ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਇਸ ਨਸ਼ੇ ਦੀ ਬਲੀ ਚੜ੍ਹ ਰਹੇ ਆ, ਟੀਕੇ ਲਾ ਲਾ ਕੇ ਮਰਦੇ ਰਹੇ ਆ। ਡੇਢ ਮਹੀਨਾ ਪਹਿਲਾਂ ਉੱਥੇ ਲਾਗੇ ਹੀ ਪਿੰਡ ਇੱਕ ਹੋਰ ਮੁੰਡਾ ਮਰਿਆ ਵਾ, ਅਤੇ ਹੁਣ ਫਿਰ ਹੁਣ ਹੁਣ ਇਹ ਡੇਢ ਮਹੀਨੇ ਬਾਅਦ ਇਹ ਆ, ਅਤੇ ਕਿੰਨੇ ਆਪਣੇ ਪੰਜਾਬ ਦੇ ਪਿੰਡ ਆ, ਤੁਸੀਂ ਹਿਸਾਬ ਲਾ ਲਓ ਡੇਢ ਮਹੀਨੇ 'ਚ 45 ਦੇਣੇ ਆ, ਅਤੇ 45 ਦਿਨਾਂ ਦੇ ਵਿੱਚ ਸਾਡੇ ਪਿੰਡ 'ਚ ਹੀ ਦੋ ਮਰ ਗਏ, ਹੋਰ ਦੂਜਿਆਂ ਪਿੰਡਾਂ ਦੇ ਵਿੱਚ ਕੀ ਹਾਲ ਹੋਣ ਡਿਆ ਵਾ। ਇਹ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀ, ਪੰਜਾਬ ਦਾ ਜ਼ਰੂਰ ਕੋਈ ਨਾ ਕੋਈ ਤੁਸੀਂ ਇਹ ਗੱਲ 'ਤੇ ਹੱਲ ਕਰੋ। ਤੁਸੀਂ ਅਫਸਰਾਂ ਨਾਲ ਮੀਟਿੰਗਾਂ ਵੀ ਲਾਉਂਦੇ ਜੇ, ਉਹਨਾਂ ਨੂੰ ਕਹਿੰਦੇ ਵੀ ਜੇ, ਪਰ ਕੋਈ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦੇ ਰਹੀ। ਹਾਂਜੀ ਸਰ, ਪਿੰਡ ਜੋੜ ਸਿੰਘ ਵਾਲਿਆਂ ਵਿੱਚ ਇੱਕ ਨੌਜਵਾਨ ਵੱਲੋਂ ਜਿਹੜਾ ਟੀਕੇ ਦੀ ਓਡਰ ਜਿੰਨਾ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ, ਤੁਸੀਂ ਮੌਕੇ 'ਤੇ ਵਿਜ਼ਿਟ ਕੀਤਾ ਹੈ, ਕੋਈ ਪਰਸਨ ਜਿਹੜਾ ਚਿੱਟਾ ਵਿੱਚ ਇਹਨਾਂ ਲਈ ਵੀ ਗ੍ਰਿਫਤਾਰ ਕੀਤੇ ਗਏ ਨੇ ਜੀ? ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ? ਅਗਲੀ ਕਾਰਵਾਈ ਪਰਚਾ ਦਰਜ ਕਰ ਰਹੇ ਦੋ ਬੰਦਿਆਂ 'ਤੇ, ਜੇ ਕੋਈ ਹੋਰ ਵੀ ਵਿੱਚ ਕਿਸੇ ਦਾ ਕੋਈ ਪਾਰਟ ਹੋਊ ਉਹਦੇ ਵੀ ਖਿਲਾਫ ਐਕਸ਼ਨ ਲਿਆ ਜਾਊ। ਪਰਿਵਾਰ ਵੱਲੋਂ ਹੀ ਸਰ ਕਿਸੇ ਨਾਂ ਲਿਆ ਜਾ ਰਿਹਾ ਕੁਝ ਵਿਅਕਤੀਆਂ ਦਾ ਜਿਹੜਾ ਵੀ ਪਿੰਡ ਦੇ ਵਿੱਚ ਨਸ਼ਾ ਵੇਚਦੀ, ਉਹਨਾਂ ਤੋਂ ਕਹਿੰਦੇ ਵੀ ਲੈ ਕੇ ਆਇਆ ਸੀ ਨਸ਼ਾ, ਅਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਜਾ ਕੇ ਇੰਜੈਕਸ਼ਨ ਲਾਇਆ ਤੇ ਉਹਦੇ ਕਾਰਨ ਦੀ ਮੌਤ ਹੋ ਗਈ। ਹਾਂਜੀ, ਉਹਦੇ ਖਿਲਾਫ ਹੀ ਕਾਰਵਾਈ ਕਰ ਰਹੇ, 105 PNS ਦੇ ਤਹਿਤ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਬਾਕੀ ਇਨਵੈਸਟੀਗੇਸ਼ਨ 'ਚ ਜੋ ਵੀ ਸਾਹਮਣੇ ਆਊਗਾ, ਜਿਹਨੇ ਗਲਤੀ ਕੀਤੀ ਹੈ ਉਹਦੇ ਖਿਲਾਫ ਸਖ਼ਤ ਤੋਂ ਸਖ਼ਤ ਜਿਹੜੀ ਕਾਰਵਾਈ ਕੀਤੀ ਹੈ। ਠੀਕ ਹੈ।